ਗੁਆਂਢੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ। ਅੱਜ ਅਸੀਂ ਪਹੁੰਚੇ ਹਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਰਾਏਪੁਰ ਦੇ ਵਿੱਚ, ਇੱਥੇ ਕਿ ਜਿਹੜਾ ਡੇਰਾ ਸੰਤ ਬਾਬਾ ਤੋਤਾ ਰਾਮ ਜੀ ਦੇ ਵਿੱਚ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਕਰਵਾਇਆ ਗਿਆ। ਹਰ ਸਾਲ ਇੱਥੇ ਅਖੰਡ ਪਾਠ ਸਾਹਿਬ ਦਾ ਜਿਹੜਾ ਪ੍ਰਕਾਸ਼ ਹੁੰਦਾ, ਆਓ ਇੱਥੋਂ ਦੇ ਜਿਹੜੇ ਪ੍ਰਬੰਧਕਾਂ ਨਾਲ ਗੱਲਬਾਤ ਕਰਦੇ ਹਾਂ। ਇੱਥੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਇਆ ਗਿਆ। ਸਤਿ ਸ੍ਰੀ ਅਕਾਲ ਸ੍ਰੀਮਾਨ ਜੀ, ਸਤਿ ਸ੍ਰੀ ਅਕਾਲ। ਇਹ ਸਾਹਿਬ ਜੀ, ਅਸੀਂ ਬੇਨਤੀ ਕਰਦੇ ਹਾਂ, ਸਾਡਾ ਰੁਦਾਸੀਆਂ ਸਿੰਘ ਦਾ ਪੁਰਾਣਾ ਡੇਰਾ ਹੈ, ਇਹ ਤੋਤਾ ਰਾਮ ਦੇ ਡੇਰੇ ਦੇ ਨਾਮ 'ਤੇ ਵੱਜਦਾ ਹੈ। ਆਹ ਦੇਖੋ ਬਿਲਡਿੰਗ ਬਣੀ ਹੈ ਪੁਰਾਣੀ ਰੋਡਿਆਂ ਦੀ, ਇਹ ਕਾਫੀ 150 ਸਾਲ ਪਹਿਲਾਂ ਪੁਰਾਣੀ ਹੈ ਜੀ। ਸਾਡੇ ਬਜ਼ੁਰਗ ਇੱਥੇ ਪ੍ਰੋਗਰਾਮ ਮਨਾਉਂਦੇ ਹੁੰਦੇ ਸੀ, ਉਹਦੇ ਤਰਫੋਂ ਹੀ ਇਹ ਜਿਹੜੇ ਨੌਜਵਾਨ ਪੀੜ੍ਹੀ ਹੈ ਇਹਨਾਂ ਦੋ ਦੋ ਕਰਕੇ ਪਰਾਲਾ ਕੀਤੇ, ਉਸ ਤਰ੍ਹਾਂ ਭਗਤ ਰਵਦਾਸ ਦਾ ਆਏ ਸਾਲੇ ਪ੍ਰੋਗਰਾਮ ਮਨਾਉਂਦੇ ਆ ਇੱਥੇ ਅਤੇ ਮਨਾਉਂਦੇ ਰਹਿੰਦੇ ਆ ਜੀ। ਆਹ ਸਾਡੀ ਅਰਦਾਸ ਕਮੇਟੀ ਵੱਜਦੀ ਹੈ, ਸਾਡੇ ਰਾਪਰ ਦੇ ਪਿੰਡ ਦੇ ਵਿੱਚ ਮਸ਼ਹੂਰ ਹੈ ਜੀ, ਲਵੇ ਲਵੇ ਲਾਗੇ ਵੀ ਮਸ਼ਹੂਰ ਹੈ। ਅਰਦਾਸ ਕਮੇਟੀ ਵੱਜਦੀ ਜੀ, ਬਹੁਤ ਸਾਰੇ ਮੈਂਬਰ ਇਹ ਕੰਮ ਕਰਦੇ ਆ, ਕਿੰਨੇ ਲੋਕ ਜਨਤਾ ਖੜੀ ਹੋ ਗਈ, ਇਹ ਸਾਰੇ ਪਰਿਵਾਰਕ ਤੌਰ 'ਤੇ ਇਹਦੀ ਸੇਵਾ ਨਿਭਾ ਰਹੇ ਆ ਜੀ। ਹਰ ਸਾਲ ਪ੍ਰੋਗਰਾਮ ਮਨਾਉਂਦੇ ਜੀ ਅਸੀਂ, ਜਦੋਂ ਪ੍ਰੋਗਰਾਮ ਦੇ ਛਪ ਕੇ ਆਉਂਦਾ ਡੇਰੀ ਦੇ ਮੁਤਾਬਕ, ਉਹ ਹਿਸਾਬ ਨਾਲ ਇਹ ਪ੍ਰੋਗਰਾਮ ਬਾਬਾ ਬੇਦ ਮਦਾਸ ਸਾਹਿਬ ਮਨਾਇਆ ਜਾਂਦਾ, ਕਿਉਂ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ ਇਹ ਸਾਰੇ ਧਰਮਾਂ ਦਾ ਹੀ ਸਾਂਝਾ ਹੈ। ਕਿਸੇ ਧਰਮ ਦਾ ਵੀ ਮਿਲ ਕੇ ਇੱਥੇ ਵਿਤਕਰਾ ਨਹੀਂ ਕੀਤੀ ਜਾਂਦਾ, ਵੀ ਇਹ ਤਾਂ ਹਰ ਧਰਮ ਦਾ ਇਹ ਉਸੇ ਹੀ ਸਰਕਾਰ ਕੀਤਾ ਜਾਂਦਾ, ਸਾਰੇ ਧਰਮਾਂ ਦੇ ਲੋਕ ਇੱਥੇ ਆਏ ਸਾਲ ਇਕੱਠੇ ਹੁੰਦੇ ਆ, ਬਹੁਤ ਸਾਰਾ ਸਾਡਾ ਇਹ ਪਿੰਡ ਮਤ ਕਰਦਾ ਆਏ ਸਾਲ ਦੀ ਤਰ੍ਹਾਂ। ਹਰੀਮਾਨ ਜੀ, ਅਸੀਂ ਇਹ ਵੀ ਬੇਨਤੀ ਕਰਦੇ ਹਾਂ ਵੀ ਜਿਹੜਾ ਅਸੀਂ ਇਹ ਪ੍ਰੋਗਰਾਮ ਮਨਾ ਰਹੇ ਹਾਂ ਇਹਦੇ ਵਿੱਚ ਵੀ ਅਸੀਂ ਸਾਰਾ ਨਗਰ ਸਾਰਾ ਰਵਿਦਾਸ ਕਮੇਟੀ ਅਸੀਂ ਇਹੀ ਅਰਦਾਸ ਕਰਦੇ ਹਾਂ, ਜੋ ਕਿ ਦਿੱਲੀ ਸੰਘਰਸ਼ ਇਹ ਕਿਸਾਨ ਮੋਰਚਾ ਚੱਲ ਰਿਹਾ ਉਹਦੀ ਵੀ ਚੜ੍ਹਦੀ ਕਲਾ ਵਾਸਤੇ ਅਸੀਂ ਅਰਦਾਸ ਕਰਦੇ ਹਾਂ ਵੀ ਕਿਸਾਨਾਂ ਦੀ ਉਹ ਜਿਹੜੀ ਹੈ ਉਹ ਜਿੱਤ ਹੋਊਗੀ। ਬੋਲੋ ਜੈ ਕਿਸਾਨ, ਜੈ ਕਿਸਾਨ, ਜੈ ਕਿਸਾਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।